चंगी तरह गल खोल ली बहुत धोखा कर गया पहले अपना। हां पुत हुण तां मैं चंगी तरह गल करूंगी भी जे चंगा करना तां करा देनी असीं किसे बचोले नूं होर नूं कहिंदे आ गे नूं कहदा कि पैसे देणे ने पैसा देणा गज पड़वाउणा पहिलां देख लै अपने किथे बांझ मत्थे मारी आउंदे तां सही पूरा ठोक के गल करूंगी तूं फिकर ना कर। मासी आजा तेनू डिगदे सी की हाल आ भाई मासी तगड़ी है मासी कद कोई सद लेंदा कद कि रौला कद कि रौला फिर मैं एक रिश्ता दिखाना सी उधर जाके आएगा रिश्ते बुलाया तेनू दस मासी हुक्म कर कोई वधिया जिहा रिश्ता लभ मेरे पुत वास्ते देख चंगी साडे कोठी है चंगा किन्ना सोहना मेरा पुत हैगा वधिया जिहा लभ के दे कि पहला वार करा लभ दी बांझ मत्थे मारी पहला तू ओ मासी हुण मैं विच बड़िया भला तू मैनू ऐ दस कुड़ी सोहनी नहीं हैगी घर परिवार माड़ा उहनां दा ते सोहणी नूं कड़ा फुकनी आ ओ जदों कुल्ली नहीं वधी फिर असीं की कराउणागा मासी इह तां हुण रब दीआं दातां ने ਕਰਮਾਂ ਦੀਆਂ ਗੱਲਾਂ ਨੇ ਹੁਣ ਆਪਾਂ ਇਹਨਾਂ ਦੇਖੋ ਜਰਨੈਲ ਗੱਲ ਸੁਣ ਮੈਂ ਗੱਲ ਖੁੱਲ ਕੇ ਕਰਦਾ ਮੇਰੇ ਕੋਲ ਕਿਸੇ ਪੈਸੇ ਦੀ ਕੋਈ ਚੀਜ਼ ਦੀ ਘਾਟ ਨਹੀਂ ਹੈ ਸਮਝ ਗਿਆ ਨਾ ਤੇ ਹੁਣ ਤੈਨੂੰ ਪਹਿਲੀ ਗੱਲ ਇੱਕ ਗੱਲ ਖੋਲ ਕੇ ਕਹਿ ਰਿਹਾ ਪਹਿਲਾਂ ਵਾਲਾ ਕੰਮ ਨਾ ਹੋਵੇ ਮੇਰੇ ਨਾਲ ਬਾਈ ਤੁਸੀਂ ਆਪਦੇ ਘਰ ਵਾਲੀ ਨਾਲ ਗੱਲ ਕਰ ਲਈ ਕੁੜੀ ਨਾਲ ਗੱਲ ਕਰ ਲਈ ਯਾਰ ਉਸ ਤੋਂ ਤੂੰ ਕੀ ਲੈਣਾ ਨਾ ਮੈਂ ਉਸ ਤੋਂ ਕੁਛ ਲੈਣਾ ਤੂੰ ਕੁਛ ਲੈਣਾ ਤੂੰ ਅਗਲੇ ਦੀ ਗੱਲ ਤੋੜ ਠੀਕ ਆ ਨਾ ਕੋਈ ਗੱਲ ਨਹੀਂ ਤੁਹਾਡਾ ਲਾਂਬਾ ਸਿਰ ਮੱਥੇ ਤੂੰ ਚੰਗਾ ਚੰਗਾ ਬਹੁਤੀਆਂ ਗੱਲਾਂ ਨਾ ਕਰ ਤੂੰ ਮੈਨੂੰ ਐਂ ਦੱਸ ਵੀ ਰਿਸ਼ਤਾ ਹੁਣ ਵਧੀਆ ਲੱਭੇਗਾ ਕਿ ਨਹੀਂ ਮਾਸੀ ਰਿਸ਼ਤਾ ਤਾਂ ਬਹੁਤ ਸੋਹਣਾ ਪਿਆ ਗਾ ਅੱਛਾ ਨਾਲੇ ਤੂੰ ਜਵਾਕਾਂ ਦੀ ਗੱਲ ਕਰਦੀ ਆ ਚਾਹੇ ਲੈਣ ਲਾ ਦੀ ਜਵਾਕਾਂ ਦੀ ਸਾਨੂੰ ਤਾਂ ਜਵਾਕ ਚਾਹੀਦੇ ਆ ਸਾਨੂੰ ਬਾਂਝ ਨਹੀਂ ਚਾਹੀਦੀ ਪਹਿਲਾਂ ਵਾਲੀ ਮੁੰਗ ਬਸ ਓ ਨਹੀਂ ਨਹੀਂ ਮਾਸੀ ਤੂੰ ਚਿੰਤਾ ਨਾ ਕਰ ਰਿਸ਼ਤਾ ਮੈਂ ਦਿਖਾ ਦਿੰਦਾ ਉਸਨੂੰ ਬਹੁਤ ਸੋਹਣਾ ਰਿਸ਼ਤਾ ਹੈਗਾ ਵਧੀਆ ਪਰਿਵਾਰ ਵਾਲਾ ਛੇਤੀ ਦਿਖਾ ਫਿਰ ਠੀਕ ਆ ਮੈਂ ਕੋਈ ਨਹੀਂ ਉਹਨਾਂ ਵੱਲ ਹੀ ਜਾਣਾ ਅੱਜ ਪਹਿਲਾਂ ਤੁਹਾਡਾ ਕੰਮ ਹੀ ਕਰਦਾ ਚੰਗਾ ਚੱਲ ਤੈਨੂੰ ਮੈਂ ਨਾਲੇ ਸ਼ਹਿਰ ਛੱਡ ਦਿੰਦਾ ਉਧਰ ਆ ਜਾ ਬਈ ਗੱਲ ਸੁਣ ਮੇਰੀ ਜੇ ਤੂੰ ਸਾਹ ਭਰਿਆ ਨਾ ਜੇ ਕੋਈ ਬੈਠੇ ਤੋਂ ਤਾਂ ਮੈਥੋਂ ਬੁਰਾ ਨਾ ਜਾਣੇ ਚੁੱਪ ਚਾਪ ਆਪਦਾ ਕੰਮ ਕਰੀ ਚੱਲ ਜਿਵੇਂ ਝਾਕਦੀ ਆ ਬਟਰ ਬਟਰਾ ਕਰੇ ਆਏ ਬੰਦੀ ਲੈ ਵੀ ਆ ਘਰ ਪਰਿਵਾਰ ਆ ਠੀਕ ਹੈ ਦੋਨੇ ਮਾਂ ਪੁੱਤ ਨੇ ਗੇ ਛੋਟਾ ਜਿਹਾ ਪਰਿਵਾਰ ਹੈਗਾ ਤੂੰ ਦੱਸ ਤੈਨੂੰ ਠੀਕ ਆ ਹੁਣ ਕਰਤਾ ਫਿੱਟਾ ਮੈਨੂੰ ਠੀਕ ਠਾਕ ਆ ਵਧੀਆ ਚੱਲ ਕਿਉਂ ਮਾਸੀ ਤੋਰੀਏ ਫਿਰ ਗੱਲ ਅੱਗੇ ਹਾਂ ਪੁੱਤ ਤੋਰ ਲੈ ਮਨਜੂਰ ਆਪਾਂ ਨੂੰ ਵੀ ਕੋਈ ਦਿੱਕਤ ਨਹੀਂ ਆਪਾਂ ਨੂੰ ਠੀਕ ਹੈ ਸਾਨੂੰ ਤਾਂ ਨਾ ਰਿਸ਼ਤਾ ਮਨਜੂਰ ਹੈ ਪੁੱਤ ਸਾਨੂੰ ਕੁੜੀ ਵਧੀਆ ਲੱਗੀ ਆਹ ਕੁੜੀ ਕੌਣ ਹੈ ਛੋਟੀ ਹੁੰਦੀ ਦਾ ਤਾਂ ਮਾਂ ਪਿਓ ਮਰ ਗਿਆ ਸੀ ਇਹ ਸਾਡੇ ਕੋਲ ਹੀ ਰਹਿੰਦੀ ਹੈ ਕੰਮ ਕਰ ਦਿੰਦੀ ਹੈ ਨੌਕਰਾਣੀ ਆਉਂ ਸਾਡੀ ਠੀਕ ਹੈ ਜੀ ਠੀਕ ਹਾਂ ਜਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਠੀਕ ਹੈ ਕੁੜੀਆਂ ਉਰੇ ਆ ਦੋ ਕੱਪ ਚਾਹ ਦੇ ਤਾਂ ਫੜਾਇਆ ਚਲੋ ਚਾਹ ਚੱਕੋ ਤੁਸੀਂ ਸਾਡੇ ਤਾਂ ਫਿੱਟ ਆ ਪੁੱਤ ਸਾਰਾ ਕੰਮ ਤੂੰ ਤੇਰੀ ਹਾਂ ਚਾਹੀਦੀ ਆ ਆਪਣੇ ਵੀ ਫਿੱਟ ਆ ਜੀ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਠੀਕ ਹੈ ਜੀ ਘਰ ਵਾਲ ਵਧੀਆ ਮੁੰਡਾ ਵੀ ਦੇਖ ਲਿਆ ਮੈਂ ਠੀਕ ਆ ਵਧੀਆ ਬਸ ਟਾਈਮ ਨਾ ਲਾਓ ਬਸ ਠੀਕ ਆ ਮਾਸੀ ਤੁਸੀਂ ਦੱਸੋ ਆਪਾਂ ਕਿਹੜੇ ਦਿਨ ਕੁੜੀ ਤੋਰ ਦੇਣਗੇ ਬਸ ਠੀਕ ਆ ਫਿਰ ਮੰਗ ਮੰਗ ਦੱਸ ਦਿਓ ਕੋਈ ਉਹ ਤਾਂ ਨਹੀਂ ਕੋਈ ਚੱਕਰ ਨਾ ਨਾ ਸਾਡੀ ਕੋਈ ਮੰਗ ਨਹੀਂ ਠੀਕ ਹੈ ਜੀ ਠੀਕ ਹੈ ਤਾਂ ਕੁੜੀ ਸਿਆਣੀ ਚਾਹੀਦੀ ਹੈ ਬਸ ਬਸ ਕੋਈ ਨਹੀਂ ਸਾਡੀ ਮੰਗ ਕੋਈ ਨਹੀਂ ਬਾਕੀ ਇਹਨੂੰ ਪਤਾ ਹੀ ਹੈ ਵਿਚੋਲੇ ਨੂੰ ਸਾਰਾ ਦੱਸਿਆ ਮਾਹ ਤੁਸੀਂ ਚਿੰਤਾ ਨਾ ਕਰੋ ਕੁੜੀ ਤਾਂ ਤੁਹਾਡੀ ਰਾਜ ਕਰੂਗੀ ਇੱਥੇ ਵਾਧੂ ਪੈਲੀ ਹੈ ਇਹਨਾਂ ਕੋਲੇ ਹੈ ਸਭ ਕੁਝ ਇਹਨਾਂ ਕੋਲੇ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਤੁਸੀਂ ਬਸ ਬੇਚਿੰਤਾ ਹੋ ਕੇ ਕੁੜੀ ਤੋਰ ਦਿਓ ਚਾਹੇ ਦੋ ਕੱਪੜਿਆਂ 'ਚ ਤੋਰ ਦਿਓ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਮੈਂ ਆਪਣੀ ਰਾਇ ਠੀਕ ਤੁਹਾਡੇ ਨਾਲ ਗੱਲਾਂ ਕਰਕੇ ਤੁਸੀਂ ਅਤੇ ਤੁਹਾਡਾ ਨੇਚਰ ਮੈਨੂੰ ਬਹੁਤ ਪਸੰਦ ਆਇਆ ਅੱਛਾ ਜੀ ਮੈਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਨੇਚਰ ਤੁਹਾਡਾ ਬਹੁਤ ਵਧੀਆ ਲੱਗਿਆ ਜੀ ਵਿਚੋਲੇ ਨੇ ਬੜਾ ਚੰਗਾ ਰਿਸ਼ਤਾ ਬਣਾਇਆ ਅੱਛਾ ਜੀ ਛੁੱਟੀ ਨੌਕਰ ਜੀ ਨੂੰ ਜਮਾ ਹੀ ਅਕਲ ਨਹੀਂ ਗਈ ਸਤਿ ਸ਼੍ਰੀ ਅਕਾਲ ਬੁਲਾਏ ਤੋਂ ਬਣੀ ਫਿਰਦੀ ਹੈ ਰਾਣੋ ਇਧਰ
ਤੈਨੂੰ ਇਹਨਾਂ ਨਹੀਂ ਪਤਾ ਲੱਗਦਾ ਕੋਈ ਆਇਆ? ਸਤਿ ਸ਼੍ਰੀ ਅਕਾਲ ਬੁਲਾਈ ਹੁੰਦੀ ਉਹਨੂੰ? ਸਤਿ ਸ਼੍ਰੀ ਅਕਾਲ। ਤੇਰੀ ਮਾਂ ਨੇ ਜਮਾ ਅਕਲ ਨਹੀਂ ਸਿਖਾਈ ਕਿ ਤੈਨੂੰ ਕਿਵੇਂ ਕਿਸੇ ਨਾਲ ਗੱਲ ਕਰੀ ਦੀ, ਕਿਵੇਂ ਕਿਸੇ ਖੜਨਾ ਹੁੰਦਾ। ਚੱਲ ਕੋਈ ਚੱਲ ਦਫਾ ਇਹ ਤੋਂ ਕੰਮ ਕਰ ਲੈ ਜਾ ਕੇ ਨੀਚੇ। ਕਿਉਂ ਇਹ ਜਿਹਦੇ ਮੂੰਹ ਲੱਗਣਾ ਹੁੰਦਾ? ਚੱਲ ਯਾਰ ਸਿਰ ਤੇ ਚੜੀਆਂ ਵੀ ਨੇ ਇਹ। ਚੱਲ ਨੀਚੇ ਜਾ ਕੇ ਕੰਮ ਕਰ ਲੈ ਆਪਣਾ। ਚਲੋ ਤੁਸੀਂ ਚਾਹ ਪੀਓ। ਕੋਈ ਗੱਲ ਨਹੀਂ। ਕਰਤੀ ਗੱਲ ਫੇਰ ਹੋ ਗਏ ਸੀ? ਕਰਤੀ ਪੱਕੀ, ਕੁੜੀ ਬਥੇਰੀ ਸਿਆਣੀ ਆ। ਚਲੋ ਚੰਗੀ ਗੱਲ, ਸਾਰੀ ਗੱਲ ਪੱਕੀ ਹੋ ਗਈ। ਪਰ ਇੱਕ ਗੱਲ ਹੋਰ ਦੇਖਦੀ, ਇਹਨੂੰ ਸਮਝਾ ਦੇ ਮਾੜਾ ਜਾ। ਗੁਰੀ ਦਾ ਭਾਈ ਰਾਣੋ ਕੋਲੇ ਖੜਾ ਸੀ, ਖਬਰਾਂ ਕੀ ਕੀ ਚੁਗਲੀਆਂ ਲਾਈਆਂ, ਮੈਨੂੰ ਗੱਲ ਸੁਣੀ ਨਹੀਂ। ਪਰ ਇਹਨੂੰ ਤਾੜ ਚੰਗੀ ਤਰ੍ਹਾਂ। ਮੈਨੂੰ ਮੈਂ ਦੱਸਦਾ ਹੁਣ ਰਾਣੋ, ਹੁਣ ਲੱਗੂ ਇਹਨੂੰ ਪਤਾ ਜਿਹਦੇ ਦੇ ਪਈਆਂ ਨਜ਼ਾਰੇ ਹੀ ਆ ਗਏ। ਮੌਜ ਨਾ ਖੜੀ ਹੈ ਗੁਰੀ ਦੇ ਭਾਈ ਕੋਲੇ, ਖਬਰਾਂ ਕੀ ਚੁਗਲੀਆਂ ਕਰਦੀ ਸੀ। ਦੇਖ ਲਈ ਮੈਂ ਵੀ ਜਾ ਰਾਣੋ। ਹਾਂਜੀ, ਤੈਨੂੰ ਕਿਹਾ ਸੀ ਨਾ ਸੋਹਣਾ ਬਣੀ। ਤੂੰ ਨੌਕਰਾਣੀ ਆ, ਤੇ ਨੌਕਰਾਣੀ ਬਣ ਕੇ ਰਹਿ। ਚੱਕ ਚੱਲ ਹੁਣ ਕਰ ਲੈ ਕੰਮ। ਚੰਨ ਜੀ, ਗੁੱਡ ਮਾਰਨਿੰਗ। ਚਾਹ ਪੀ ਲਓ ਮੱਖਣੋ। ਮੈਂ ਖੁਦ ਤੋਂ ਬਣਾ ਲੈਂਦੀ ਨਾ ਚਾਹ, ਸੁਬਹ ਸੁਬਹ ਆਪ ਲਾ। ਮੇਰੇ ਹੱਥ ਟੁੱਟੇ ਆ। ਇਹ ਕੀ ਗੱਲ ਪੁੱਛੋ ਮੈਨੂੰ? ਪੁੱਛੋ ਜੀ, ਤੁਸੀਂ ਸੱਚੀ ਮੈਨੂੰ ਇੰਨਾ ਪਿਆਰ ਕਰਦੇ ਹੋ? ਅਦਾ ਤੋਂ ਮੇਰਾ ਪਿਆਰ ਦੇਖਿਆ ਹੈ ਤਾਂ ਦਿਨੇ ਇੱਕ ਹੋਇਆ। ਤੁਸੀਂ ਮੈਨੂੰ ਹਮੇਸ਼ਾ ਹੀ ਇੱਦਾਂ ਪਿਆਰ ਕਰੋਗੇ? ਉਹ ਫਿਕਰ ਨਾ ਕਰ ਕਿਸੇ ਗੱਲ ਦੀ। ਹੋਰ ਦੱਸ ਤੂੰ ਕੀ ਚਾਹੀਦਾ ਤੈਨੂੰ? ਮੈਨੂੰ ਕੁਛ ਨਹੀਂ ਚਾਹੀਦਾ, ਬਸ ਮੈਨੂੰ ਤੁਹਾਡਾ ਪਿਆਰ ਹੀ ਚਾਹੀਦਾ ਸੀ। ਪਿਆਰ ਦੀ ਕੀ ਗੱਲ ਕਰਦੀ? ਪਤਾ ਮੈਂ ਕਿੰਨੀ ਖੁਸ਼ ਹਾਂ ਜੀ, ਮੈਨੂੰ ਇੰਨਾ ਵਧੀਆ ਹਸਬੈਂਡ ਦਿੱਤਾ ਰੱਬ ਨੇ। ਤੇਰਾ ਦਿਲ ਲੱਗ ਗਿਆ ਤੇ? ਬਹੁਤ ਲੱਗਿਆ ਹੋਇਆ ਸੀ। ਆਪਣੇ ਬਾਗ ਦੇਖੇ? ਨਹੀਂ, ਹਲੇ ਤੱਕ ਤਾਂ ਮੈਂ ਗਈ ਨਹੀਂ। ਗੱਲ ਤਾਂ ਮੈਂ ਆਇਆ ਤੁਹਾਨੂੰ ਦੱਸ, ਪਤਾ ਤਾਂ ਹੈ। ਚਾਹ ਵਧੀਆ ਬਣੀ? ਬਹੁਤ ਟੇਸਟੀ ਬਣੀ ਹੈ। ਨਾਲੇ ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਸੀ। ਹਾਂਜੀ ਹਾਂਜੀ। ਆ ਜਿਹੜੀ ਨਾ ਨੌਕਰਾਂ ਲਿਖੀ ਹੋਈ ਆਪਾਂ ਨੇ, ਇਹ ਨਾ ਮੇਰੀ ਗੱਲਾਂ ਚ ਮਤਲਬ ਜੋ ਮੈਂ ਕੰਮ ਕਰਦੇ ਜ਼ਿਆਦਾ ਇੰਟਰਸਟ ਜਿਹਾ ਲੈਂਦੀ ਆ। ਕੋਈ ਮੇਰੇ ਤੋਂ ਗੱਲਾਂ ਪੁੱਛਣ ਦੀ, ਗੱਲ ਕਰਨ ਦੀ ਕੋਸ਼ਿਸ਼ ਜੀ ਕਰਦੀ ਆ। ਕਿਉਂ, ਕੀ ਗੱਲ ਆ ਜੀ? ਕੌਣ ਨੇ ਇਹ? ਉਹ ਕੋਈ ਨਹੀਂ, ਤੂੰ ਫਿਕਰ ਨਾ ਕਰ, ਉਹਨੂੰ ਮੈਂ ਕੁਝ ਸਮਝਾ ਦੂੰਗਾ। ਉਹ ਥੋੜੀ ਕੰਮ ਨਹੀਂ ਹੈ, ਸਮਝੀ? ਐਦਾਂ ਦਾ ਕੁਝ ਨਹੀਂ ਹੈਗਾ, ਜ਼ਿਆਦਾ ਲੋਨ ਨਹੀਂ ਦਾ ਦਿਮਾਗ ਕੋਈ। ਛੇਤੀ ਛੇਤੀ ਹੱਥ ਮਾਰ ਲੈ, ਕਿਤੇ ਉਹਦੀ ਆਸ ਕਰਦੀ ਹੋਵੇ ਵੀ ਮੇਰੇ ਨਾਲ ਕੰਮ ਕਰਾਉਗੀ। ਉਹਨੇ ਕੰਮ ਕੁੰਮ ਨਹੀਂ ਕਰਨਾ, ਉਹਨੇ ਤਾਂ ਬੇਲੀ ਨੇ ਖਾਣੀਆਂ ਨਾ। ਮੰਮੀ ਫਿਰ ਕੀ ਹੁੰਦਾ, ਉਹਦਾ ਵੀ ਤਾਂ ਘਰ ਵਾਲਾ ਹੈ, ਜੇ ਮਾੜਾ ਮੋਟਾ ਕੰਮ ਕਰਾ ਦੂਗੀ ਤਾਂ ਮੇਰੀ ਵੀ ਮਦਦ ਹੋ ਜੂ। ਮੇਰੀ ਵੀ ਨਾ ਬੁਖਾਰ ਵਾਂਗੂ ਹੋਇਆ ਪਿਆ, ਨਾਲੇ ਮੈਨੂੰ ਦਵਾਈ ਦਵਾ ਲਿਆਉਂਦੇ ਜਾ ਕੇ।
मेरी गल सुन ले, जे तू सेवा करानी होंगी जां दवाइयां लैनियां होंदियां ऐश करनी होंगी तो कोई जवाक ना जम लैंदे, असी क्यों दूजा विआह करदे, तेरी करतूत नाल होया सारा काम। मम्मी ये तो परमात्मा दे हत्थ है ना, मेरे तो कोई हत्थ नहीं। बस तू काम कर ते आपदा वेली ना बैठ, तेनू कुछ नहीं होया। की होया तेनू, दबा दो इहनां दवाइयां, कम कर छे छेती, फिर पुछ दियां तेरा हाल। मैं मैनू लगता पुत अपने करनी है छी महीने हो गए आई मैं लाना सड़े फोन सड़ने सरा सरा अपने धोखेबाजी की है। हां पुत मैनू तो आए सी भी मैं गोदी च जवाक खड़िया होंगी, जवाक खड़िया होंगी थकती नहीं, पर मैनू कित्थे अपनी किस्मत च जवाक है ही नहीं। लाओ रुको। हेलो, ओ तू साढ़े नाल दूजी वार धोखा कर गया, साला नाफा सिम खोलिया होया है, लिया ला इत्थे छड्डी जाना बूरियां। तेरा पैसिया नाल मैं मूंह भरिया सीगा, आ दूजी वार भी तू साढ़े नाल सरेआम धोखा कीता। मेरे पैसे मोड़ दे, मैं तेनू सीधी तरह दसा नहीं, मैथों बुरा नहीं कोई। की कहना पुत, वो कहना मेरे मैं कड़ा बिच बड़े हूँ मेनू, कहना मैं की करा। मैनू तो पुत शर्म आ बहर कुड़िया पुछदिया नेगी, क्यों कुड़े आ दूजी ब्याही सी ए कोई जवाब होया गा। मैं की कह अगली गल भी ये बाद निकली है भी। तेनू तो लोग तंग करते, मेरे तो यार दोस्त मैं बहुत ताने मारते। अपना घर ही मिले लुट्टन आउन दे, मैं तो कहनी हाँ उन्होंने उत्थे जाके बन के कुट के आइए, तो नाले इन दूजे को भी भजाइए आप, चल काम कर दिए रख लाँगे, दूजे का भरा दफा करके इनू तो ना रोटियां खवाइए। तू बेबे देखी चल हूँ तक ही है। हाँ ये पाप लाइया ने, मेरा पुत किवें घबराया होगा हूँ की करूँगी, मेरे पुत ने ठगियां बजनिया, की कमी है मेरे पुत्र चंगा घर सोहना सुनखा मेरा पुत, की गल मेरे पुत की किस्मत माड़ी है, मैं की करा। रब्बा ये की धोखा कर रहा मेरे बच्चे नाल। जवाक तू नी चम के दिता नहीं, होर तू की करेगी बेबे। हाँ दसो की होया, की खा के आए हो तुसी? तू डोके लेने कुछ मर्जी खा के आया हो मैं। तुसी कितना बोली जा रहे हो, की होया नाले थोनू? मेरी गाल सुनो, तू मेरी जिंदगी तबाह करती, मैं एक जवाब दी लोड़ सी मेरी पीढ़ी के तौर नाला। की गल है तेरी मां नु भी यही गल हो रही है, जवाक जवाक जमण दे, जदों देना ते परमात्मा ने देना। चले उच्ची नहीं बोलन लगी तू मेरे नाल। मेरे
क्यों राणो तू क्यों नहीं जा सकती? नहीं जा सकती गुरी, तू मैनु इस घर की नौकरानी समझती है ना? मैं नौकरानी नहीं बल्कि तेरी तरह मैनू भी एक दिन हुक्म ऐदा ही ब्याह के लेके आया सी। अच्छा ब्याह के की कह रही है तू? मैं कुछ भी समझ नहीं आ रही तेरी। गुरी मैं तेन इस करके नहीं सी दसिया, मैनू इन्होंने मना किया हुआ सी ते मैनू कुट मार करदे सी भी तू दसी ना। मैं सोचा भी चलो ठीक है पर हुण तो तेनू भी गलती समझ आ गई ना। कमली तू मैनू पहला क्यों नहीं दसिया? आप दोवें मिल के इन्हों का कुछ ना कुछ कर सकदियां सी। कुछ नहीं कर सकदियां गुरी हुण। मैं तेनू दसदी हाँ साड़ी किवें मुलाकात हुई सी। ओ राणे पुत ओ लिया रोटी फिर मैं खेत भी जाना बेटा। बापू तेनू किवें पता लग जांदा वी मैं इत्थे आ? ओ बाप पुत्रा ओ मैनू ना पता लगे, ओ मैं तेनू पता निक्के जे नू किवें पालिया, मैनू हर एक गल दा पता वी तू कित्थे खड़ा है कित्थे बैठा है सब पता लग जांदा। तेनू तो ओदी पता लग जांदा वी मैं इत्थे आ।